ਅੱਜ ਮੈਂ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਤੁਹਾਡੇ ਲਈ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਹੈ ਕੱਲ 25 ਤਰੀਕ ਦੇ ਲਈ 25 ਤਰੀਕ ਨੂੰ ਬਹੁਤ ਸਾਰੇ ਲੋਕਾਂ ਦੀਆਂ ਕੁਐਰੀਜ਼ ਨੇ ਕਿ ਕੀ ਬੰਦ ਹੋਊਗਾ ਕੀ ਕੀ ਖੁੱਲੂਗਾ ਪਹਿਲੀ ਗੱਲ ਤਾਂ ਇਹ ਹੈ ਕਿ ਕੱਲ ਨੂੰ ਸਾਰੀਆਂ ਦੁਕਾਨਾਂ ਸਾਰੀਆਂ ਦੁਕਾਨਾਂ ਸਾਰੇ ਦੇ ਸਾਰੇ ਮਾਲ ਸਾਰੇ ਰੈਸਟੋਰੈਂਟ ਸਾਰੇ ਹੋਟਲ ਹੋਟਲਾਂ ਦੇ ਅੰਦਰ ਜਿਹੜੇ ਰੈਸਟੋਰੈਂਟ ਨੇ ਸਾਰੇ ਦੇ ਸਾਰੇ ਬੰਦ ਰਹਿਣਗੇ ਇਸੈਂਸ਼ੀਅਲ ਸਪਲਾਈਜ਼ ਨੂੰ ਛੱਡ ਕੇ ਕਈ ਲੋਕ ਇਸੈਂਸ਼ੀਅਲ ਸਪਲਾਈਜ਼ ਦਾ ਬਹਾਨਾ ਲਾ ਕੇ ਕਈਆਂ ਨੂੰ ਇਹ ਹੈ ਕਿ ਸ਼ਾਇਦ ਕੋਈ ਦੁਕਾਨਾਂ ਖੋਲ ਲੈਣ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਕੱਲ ਕੇਵਲ ਤੇ ਕੇਵਲ ਕੈਮਿਸਟਾਂ ਦੀਆਂ ਦੁਕਾਨਾਂ ਜਾਂ ਜਿਹੜਾ ਕੋਈ ਬਿਜ਼ਨਸ ਆਕਸੀਜਨ ਦੇ ਨਾਲ ਡੀਲ ਕਰਦਾ ਹੈਗਾ ਉਹ ਜਾਂ ਹਸਪਤਾਲ ਸਿਰਫ ਇਹ ਖੁੱਲਣਗੇ ਇਸ ਤੋਂ ਇਲਾਵਾ ਕੋਈ ਵੀ ਦੁਕਾਨਾਂ ਚਾਹੇ ਕਿ ਉਹ ਕੋਈ ਦੁੱਧ ਦੀ ਹੋਵੇ ਚਾਹ ਦੀ ਹੋਵੇ ਕੋਈ ਸਬਜ਼ੀਆਂ ਦੀ ਹੋਵੇ ਕੋਈ ਰਾਸ਼ਨ ਦੀ ਹੋਵੇ ਕੋਈ ਦੁਕਾਨ ਨਹੀਂ ਖੁੱਲੂਗੀ ਕਿਉਂਕਿ ਇੱਕ ਦਿਨ ਦੇ ਵਿੱਚ ਕੋਈ ਆ ਨਹੀਂ ਹੈ ਵੀ ਘਰ 'ਚ ਕੋਈ ਸਬਜ਼ੀਆਂ ਦਾ ਜਾਂ ਦੁੱਧ ਦਾ ਸਟਾਕ ਖਤਮ ਹੋ ਜਾਂਦਾ ਮੇਰੀ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ ਜੋ ਆਪਣਾ ਦੁੱਧ ਦਾ ਹੈ ਸਬਜ਼ੀ ਦਾ ਜਾਂ ਜੋ ਵੀ ਚੀਜ਼ ਤੁਸੀਂ ਰੱਖਣੀ ਹੈ ਇੱਕ ਦਿਨ ਦੇ ਲਈ ਸੰਡੇ ਦੇ ਲਈ ਰੱਖ ਲਓ ਹਾਂ ਜਿਹੜੇ ਦੁੱਧੀ ਵੀਰ ਹੈਗੇ ਆ ਜਾਂ ਵੀਰ ਕਾਲਿਆਂ ਨੇ ਕੋਈ ਪੈਕਟਾਂ ਵਾਲਿਆਂ ਨੇ ਕੋਈ ਉਹਨਾਂ ਦੇ ਜਿਹੜੇ ਵੈਂਡਰ ਨੇ ਉਹ ਘਰੋਂ ਘਰੀ ਰੇੜੀਆਂ ਤੇ ਜਾ ਕੇ ਆਪਣਾ ਦੁੱਧ ਦੀ ਸਪਲਾਈ ਕਰ ਸਕਦੇ ਆ ਪਰ ਉਹ ਆਪਦੀ ਦੁਕਾਨ ਖੋਲ ਕੇ ਉੱਥੇ ਬੈਠ ਕੇ ਭੀੜ ਨਹੀਂ ਲਵਾਉਣਗੇ ਇਸ ਤੋਂ ਅੱਗੇ ਮੈਂ ਸਪਸ਼ਟੀ ਕਰਨਾ ਚਾਹੁੰਦਾ ਕਿ ਜਿਹੜੀ ਇੰਡਸਟਰੀ ਹੈ ਉਹਨਾਂ ਨੂੰ ਇੰਡਸਟਰੀ ਖੋਲ ਕੇ ਇੰਡਸਟਰੀ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਚੱਲੂ ਰਹਿ ਸਕਦੀ ਹੈ ਇਸੇ ਤਰ੍ਹਾਂ ਹੀ ਹਾਈਵੇ ਦੇ ਉੱਪਰ ਜਿਹੜੀ ਟ੍ਰੈਫਿਕ ਹੈਗੀ ਹੈ ਕੋਈ ਲੰਗਰੀ ਹੈ ਉਹ ਵੀ ਆ ਜਾ ਸਕਦੇ ਨੇ ਕੋਈ ਵੀ ਜਿਹੜੀ ਚੀਜ਼ ਹੈਗੀ ਹੈ ਉਹ ਲੋਕਾਂ ਦੇ ਲਈ ਔਰ ਲੋਕਾਂ ਦੇ ਸਹਿਯੋਗ ਨਾਲ ਲਗਾਈ ਜਾਂਦੀ ਹੈ ਇਸ ਵਿੱਚ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਆਪਾਂ ਇੱਕ ਦਿਨ ਲਈ ਸਬਰ ਕਰੀਏ ਔਰ ਇੱਕ ਦਿਨ ਲਈ ਸਾਰਾ ਕੁਝ ਬੰਦ ਰੱਖੀਏ ਦਵਾਈਆਂ ਤੋਂ ਇਲਾਵਾ ਹਸਪਤਾਲਾਂ ਤੋਂ ਇਲਾਵਾ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਕਿਤੇ ਨਾ ਕਿਤੇ ਤਾਂ ਯਾਰ ਆਪਾਂ ਨੂੰ ਆਪਣੀ ਇਨਸਾਨੀਅਤ ਦਿਖਾਣੀ ਪੈਣੀ ਹੈ ਇੱਕ ਵਾਰ ਟੀਵੀ ਚ ਲਾ ਕੇ ਤਾਂ ਦੇਖੋ ਕਿਹੜੀ ਕਿਹੜੀ ਥਾਂ ਤੇ ਕਿਦਾਂ-ਕਿਦਾਂ ਲੋਕਾਂ ਦੀ ਜਾਨ ਚਲੀ ਗਈ ਸਿਰਫ ਇੱਕ ਆਕਸੀਜਨ ਕਰਕੇ ਸਿਰਫ ਇੱਕ ਬਿਮਾਰੀ ਕਰਕੇ ਕਈ ਲੋਕ ਕਹਿੰਦੇ ਰੇ ਵੀ ਕਰੋਨਾ ਤਾਂ ਹੈ ਨਹੀਂ ਕਈ ਮਜ਼ਾਕਾਂ ਡਾਂਦੇ ਸੀ ਵੀ ਕਰੋਨਾ ਰਾਤ ਨੂੰ ਆਉਂਦਾ ਹੈ ਕਰਫਿਊ ਲੱਗਦਾ ਦਿਨੇ ਹੈ ਨਹੀਂ ਹੁਣ ਉਹ ਦੇਖਣ ਜਿਹੜੇ ਪਰਿਵਾਰ ਦਾ ਨੁਕਸਾਨ ਹੁੰਦਾ ਤੁਸੀਂ ਉਸ ਜੀ ਨੂੰ ਪੁੱਛੋ ਜੜੀਆਂ ਮਿਲਕਦੀਆਂ ਮਾਵਾਂ ਮਿਲਕਦੀਆਂ ਵਿਧਵਾਵਾਂ ਜਿਨ੍ਹਾਂ ਦੇ ਬੰਦੇ ਸਿਰਫ ਚਲੇ ਗਏ ਇਸ ਬਿਮਾਰੀ ਕਰਕੇ ਤੁਸੀਂ ਹੁਣ ਸਮਝੋ ਆਪਾਂ ਹੋਸ਼ ਕਰੀਏ ਆਪਾਂ ਅਨੈਸੀਸਰੀ ਗੈਦਰਿੰਗਸ ਨਾ ਕਰੀਏ ਆਪਾਂ ਕੱਲਾ ਸੰਡੇ ਕੀ ਬਾਕੀ ਦਿਨ ਵੀ ਜਿਹੜੇ-ਜਿਹੜੇ ਦਿਨ ਤੁਹਾਡੇ ਬਾਹਰ ਜਾਏ ਬਗੈਰ ਸਰ ਸਕਦਾ ਕਿਰਪਾ ਕਰਕੇ ਆਪਣੇ ਘਰਾਂ ਚ ਵਿਰਾਜੋ ਆਪ ਦੇ ਆਪ ਨੂੰ ਬਚਾਓ ਆਪਣੇ ਸਮਾਜ ਨੂੰ ਬਚਾਓ ਆਪਾਂ ਬੜੀ ਔਖੀ ਸਥਿਤੀ ਚੋਂ ਲੰਘ ਰਹੇ ਆ ਔਰ ਅਸੀਂ ਅੱਗੇ ਅਗਰ ਲੁਧਿਆਣੇ ਨੂੰ ਇਦਾਂ ਹੀ ਹੱਸਦਾ ਵਸਦਾ ਰੱਖਣਾ ਤਾਂ ਆਪਾਂ ਨੂੰ ਜ਼ਿੰਮੇਵਾਰੀ ਦਾ ਜਿਹੜਾ ਹੈਗਾ ਮੁਜਾਹਰਾ ਕਰਨਾ ਪਏਗਾ ਧੰਨਵਾਦ